ਦਰਸ਼ਕੋ, ਕਰਤਾਰਪੁਰ ਕੋਰੀਡੋਰ ਤੁਹਾਨੂੰ ਪਤਾ ਹੈਗਾ 9 ਨਵੰਬਰ ਤੋਂ ਖੁੱਲ੍ਹ ਗਿਆ ਹੈਗਾ। ਆਮ ਸ਼ਰਧਾਲੂਆਂ ਵਿੱਚ ਬਹੁਤ ਭਾਰੀ ਉਤਸ਼ਾਹ ਹੈਗਾ। ਦੋਨੋਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ, ਮੋਦੀ ਸਾਹਿਬ ਨੇ ਇੱਧਰੋਂ ਡੇਰਾ ਬਾਬਾ ਨਾਨਕ ਖੋਲ੍ਹਿਆ ਸੀ, ਅਤੇ ਉੱਧਰੋਂ ਪਾਕਿਸਤਾਨ ਤੋਂ ਇਮਰਾਨ ਖਾਨ ਨੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਖੋਲ੍ਹਿਆ ਸੀ। ਪਰ ਜਿੰਨਾ ਇਹਦੇ ਬਾਰੇ ਉਤਸ਼ਾਹ ਸੀ, ਉਨੇ ਸ਼ਰਧਾਲੂ ਨਹੀਂ ਹੋ ਸਕੇ। ਭਾਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਸੀ ਵੀ ਪਾਸਪੋਰਟ ਦੀ ID ਦੀ ਕੋਈ ਲੋੜ ਨਹੀਂ, ਅਤੇ ਜਿਹੜਾ 10 ਦਿਨ ਦਾ ਜਿਹੜਾ ਪੀਰੀਅਡ ਹੈਗਾ ਉਹ ਵੀ ਉਹਨਾਂ ਨੇ ਵੇਵ ਆਫ ਕਰ ਦਿੱਤਾ ਸੀ। ਪਰ ਫਿਰ ਵੀ ਜਿਹੜਾ ਹੈਗਾ, ਜਾਂ ਇੱਧਰੋਂ ਪੋਰਟਲ ਸਾਈਟ ਤੋਂ ਜਾਂ ਔਨਲਾਈਨ ਬੁਕਿੰਗ ਦੀ ਸ਼ਰਧਾਲੂਆਂ ਨੂੰ ਪ੍ਰੋਬਲਮ ਆਉਂਦੀ ਹੈਗੀ। ਜਦੋਂ ਵੀ ਅਸੀਂ ਡੇਰਾ ਬਾਬਾ ਨਾਨਕ ਜਾਂਦੇ ਹੈਗੇ ਬਾਰਡਰ 'ਤੇ, ਸ਼ਰਧਾਲੂ ਕਾਫੀ ਗਿਣਤੀ ਵਿੱਚ ਆਉਂਦੇ ਹੈਗੇ ਆ, ਪਰ ਉਹ ਅਜੇ ਔਨਲਾਈਨ ਪ੍ਰਕਿਰਿਆ ਤੋਂ ਵਾਕਫ਼ ਨਹੀਂ ਹੈਗੇ। ਹੌਲੀ ਹੌਲੀ ਉਮੀਦ ਕਰਦੇ ਹਾਂ ਪਿਕਅਪ ਹੋਏਗਾ ਇਹਨਾਂ ਦਾ। ਬਹੁਤ ਦੇਰ ਪਹਿਲਾਂ 2018 ਵਿੱਚ ਸ਼੍ਰੀ ਕੁਲਦੀਪ ਸਿੰਘ ਵਡਾਲਾ ਜੀ ਨੇ ਇਹ ਪ੍ਰੋਜੈਕਟ 'ਤੇ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਸੀ। ਹੁਣ ਉਹਨਾਂ ਦੇ ਬੇਟੇ ਗੁਰਪ੍ਰਤਾਪ ਸਿੰਘ ਵਡਾਲਾ, ਜੋ ਕਿ MLA ਆ, ਉਹ 26 ਦਸੰਬਰ ਨੂੰ ਇੱਕ ਵੱਡਾ ਜੱਥਾ ਪਲੈਨ ਕਰ ਰਹੇ ਆ 5000 ਸ਼ਰਧਾਲੂਆਂ ਦਾ। ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੜੀ ਖੁਸ਼ੀ ਦੀ ਗੱਲ ਹੈਗੀ, ਹੁਣ ਅਸੀਂ ਤੁਹਾਡੀ ਮੁਲਾਕਾਤ ਸ਼੍ਰੀ ਗੁਰਪ੍ਰਤਾਪ ਸਿੰਘ ਵਡਾਲਾ ਜੀ ਨਾਲ ਕਰਵਾ ਰਹੇ ਹਾਂ, ਜੋ ਕਿ MLA ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ। ਇਹ ਬੜਿਆ ਮੈਨੂੰ ਦੱਸਿਆ ਖੁਸ਼ੀ ਹੋ ਰਹੀ ਆ। ਇਹਨਾਂ ਦੇ ਫਾਦਰ ਸਾਹਿਬ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਨੇ, ਤੁਹਾਨੂੰ ਪਤਾ ਹੈਗਾ, 2002 ਤੋਂ ਲੈ ਕੇ 18 ਤੱਕ ਉਹਨਾਂ ਨੇ ਮੇਰੇ ਖਿਆਲ 208 ਵਾਰੀ ਅਰਦਾਸਾਂ ਕੀਤੀਆਂ, ਜਿੰਨੀ ਵਾਰੀ ਮੇਰੀ ਨੌਲੇਜ ਹੈਗੀ। ਵਡਾਲਾ ਸਾਹਿਬ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਇਹ ਸਾਡੇ ਪਿਤਾ ਜੀ ਦੇ ਇਸ ਉੱਦਮ ਲਈ। ਸਭ ਤੋਂ ਪਹਿਲਾਂ ਕਰਤਾਰਪੁਰ ਕੋਰੀਡੋਰ ਨੂੰ ਹੁਣ ਖੁੱਲ੍ਹ ਵੀ ਗਿਆ ਹੈਗਾ, ਇਹਦੇ ਬਾਰੇ ਕੀ ਤੁਹਾਡੇ ਇਸ ਵੇਲੇ ਵਿਊ ਪੁਆਇੰਟ ਆ? ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਅਤੇ ਬਹੁਤ ਵਧਾਈਆਂ ਜੀ ਸਾਰੇ ਸਿੱਖ ਜਗਤ ਨੂੰ, ਸਿੱਖ ਪੰਥ ਨੂੰ, ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ। ਜੀ ਜੀ, ਬੜਾ ਇਤਿਹਾਸਿਕ ਸਮਾਂ ਆਪਣੀ ਜ਼ਿੰਦਗੀ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ। ਹਾਂਜੀ, ਜਿਹੜਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ। ਹਾਂਜੀ ਹਾਂਜੀ, ਇਸ ਦੇ ਪਿੱਛੇ ਬੜੀਆਂ ਅਰਦਾਸਾਂ, ਬਹੁਤ ਜਿਹੜੀ ਸੇਵਾ ਹੋਈ, ਹਾਂਜੀ ਹਾਂਜੀ, ਬੜੀ ਭਾਵਨਾ ਜੁੜੀ ਸੀਗੀ ਹਰ ਗੁਰਸਿੱਖ ਦੀ, ਸੰਗਤਾਂ ਦੀ। ਹਾਂਜੀ, ਅਤੇ ਗੁਰੂ ਨਾਨਕ ਦੇਵ ਜੀ ਨੇ ਆਪ ਕਿਰਪਾ ਕਰਕੇ ਅਤੇ ਲਾਂਘਾ ਖੋਲ੍ਹਤਾ। ਦੋਵੇਂ ਸਰਕਾਰਾਂ ਨੇ ਬੜਾ ਵਧੀਆ ਫੈਸਲਾ ਲਿਆ, ਵਿਸ਼ੇਸ਼ ਤੌਰ 'ਤੇ 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਦੇ ਦੌਰਾਨ। ਸੋ ਇਸ ਤੋਂ ਵੱਡੀ ਕੋਈ ਖੁਸ਼ੀ ਹੋ ਨਹੀਂ ਸਕਦੀ ਆਪਣੇ ਸਾਰਿਆਂ ਵਾਸਤੇ। ਇਸ ਲਈ ਮੈਂ ਸਭ ਨੂੰ ਬਹੁਤ ਬਹੁਤ ਇਸ ਲਾਂਘੇ ਦੇ ਖੋਲ੍ਹਣ ਦੀਆਂ ਵਧਾਈਆਂ ਦਿੰਦਾ ਹਾਂ। ਤਾਂ ਇਹ ਵੀ ਸਮਝਦੇ ਹਾਂ ਕਿ ਆਪਾਂ ਆਪਣੇ ਆਪ ਨੂੰ ਵਡਭਾਗੇ ਹਾਂ, ਖੁਸ਼ਕਿਸਮਤ ਹਾਂ ਕਿ ਆਪਾਂ ਉਸ ਇਤਿਹਾਸ ਦਾ ਜਿਹੜਾ ਹਿੱਸਾ ਬਣ ਗਏ। ਜੇ ਇਸ ਇਤਿਹਾਸ ਨੂੰ ਸਿਰਜਣ ਵਾਸਤੇ ਆਪਣੇ ਬਜ਼ੁਰਗਾਂ ਨੇ, ਵੱਡੇ ਵਡੇਰਿਆਂ ਨੇ 1947 ਤੋਂ ਲੈ ਕੇ ਹੁਣ ਤੱਕ ਬਹੁਤ ਵੱਡੀ ਸੇਵਾ ਨਿਭਾਈ ਹੈ, ਅਰਦਾਸਾਂ ਵੀ ਕੀਤੀਆਂ ਗੁਰੂ ਘਰ ਜਾ ਕੇ, ਅਤੇ ਹੋਰ ਵੀ ਉਹਨਾਂ ਨੇ ਬਹੁਤ ਵੱਡਾ ਜਿਹੜਾ ਆਪਣਾ ਯੋਗਦਾਨ ਪਾਇਆ, ਜ਼ਿੰਮੇਵਾਰੀ ਨਿਭਾਈ, ਉਹ ਸਾਰਾ ਕੁਛ ਆਪਾਂ ਪੂਰਾ ਹੁੰਦਾ ਦੇਖਿਆ। ਇਸ ਲਈ ਬਹੁਤ ਬਹੁਤ ਸਭ ਨੂੰ ਵਧਾਈ ਜੀ। ਅੱਛਾ, ਦੂਸਰਾ, ਤੁਸੀਂ ਤਾਂ ਬਹੁਤ ਹੰਬਲ ਤਰੀਕੇ ਨਾਲ, ਅੱਗੇ ਵੀ ਮੈਂ ਤੁਹਾਡਾ ਇੰਟਰਵਿਊ ਕੀਤਾ ਸੀ, ਮੈਨੂੰ ਥੋੜ੍ਹਾ ਜਿਹਾ ਜਦੋਂ ਮੈਂ ਬਾਰਡਰ 'ਤੇ ਸਾਰੇ ਜਾਂਦਾ, ਜਾਂ ਮੈਂ ਪੰਜਾਬ 'ਚ ਇੰਟਰਵਿਊ ਕਰਦਾ ਰਹਿੰਦਾ, ਕਰਤਾਰਪੁਰ ਕੋਰੀਡੋਰ 'ਤੇ ਮੈਂ ਕਾਫੀ ਪ੍ਰੋਗਰਾਮ ਕੀਤੇ ਹੈਗੇ ਆ, ਤੁਸੀਂ ਕਦੀ ਕੋਈ ਕ੍ਰੈਡਿਟ ਨਹੀਂ ਮੰਗਿਆ ਹੈਗਾ, ਪਰ ਫਿਰ ਵੀ ਬਹੁਤ ਸਾਰੇ ਜਿਹੜੇ ਲੋਕ ਇਸ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਹੈਗੇ ਆ, ਬਹੁਤ ਸਾਰੇ ਲੋਕਾਂ ਨੇ ਆਪਣੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਬੜੇ ਇੱਜ਼ਤ ਮਾਣ ਨਾਲ ਨਾਂ ਲੈਂਦੇ ਹੈਗੇ ਆ, ਜਦਕਿ ਤੁਸੀਂ ਮਤਲਬ ਕਹਿੰਦੇ ਰੀਅਲ ਕ੍ਰੈਡਿਟ ਇਹਨਾਂ ਵਡਾਲਾ ਸਾਹਿਬ ਦਾ, ਜਿਹੜੀ ਤੁਹਾਡੀ ਰਾਵੀ ਦਰਸ਼ਨ ਅਬਲਾਸੀ ਔਰਗਨਾਈਜੇਸ਼ਨ ਦਾ, ਇਹਦੇ ਬਾਰੇ ਕੀ ਸਹਿਮਤ ਹੋ ਤੁਸੀਂ?
ਦੇਖੋ ਜੀ, ਵਡਾਲਾ ਸਾਹਿਬ ਆਪਣੀ ਜ਼ਿੰਦਗੀ ਦੇ ਦੌਰਾਨ ਅਕਸਰ ਆਖਿਆ ਕਰਦੇ ਸੀਗੇ ਜੀ ਜੀ ਕਿ ਆਪਾਂ ਇਹਦਾ ਸਿਰ ਆਪਣੇ ਸਿਰ ਨਹੀਂ ਲੈਣਾ। ਹਾਂਜੀ ਹਾਂਜੀ, ਇਹ ਉਹ ਇਸਨੂੰ ਇੱਕ ਬਹੁਤ ਵੱਡਾ ਪੰਥਕ ਮਿਸ਼ਨ ਸਮਝਦੇ ਸੀਗੇ ਜੀ ਜੀ ਜੀ। ਤਾਂ ਅਸੀਂ ਤਾਂ ਹੀ ਅਕਸਰ ਉਹਨੂੰ ਇਹ ਗੱਲ ਆਖਦੇ ਹਾਂ ਹਾਂਜੀ ਕਿ ਵਡਾਲਾ ਸਾਹਿਬ ਇੱਕ ਮਿਸ਼ਨਰੀ ਸੀਗੇ। ਹਾਂਜੀ ਹਾਂਜੀ, ਉਹਨਾਂ ਨੇ ਇੱਕ ਮਿਸ਼ਨਰੀ ਵਜੋਂ ਕੰਮ ਕੀਤਾ। ਹਾਂਜੀ ਹਾਂਜੀ, ਅਤੇ ਉਹਨਾਂ ਨੇ ਵਾਰ ਵਾਰ ਇਹ ਗੱਲ ਆਖੀ ਸਭ ਨੂੰ, ਇਸ ਲਾਂਘੇ ਦੀ ਸੇਵਾ ਕਰਦਿਆਂ ਦੇ ਸਮੇਂ ਦੇ ਦੌਰਾਨ ਬੜੇ ਇੱਦਾਂ ਦੇ ਸਮੇਂ ਆਏ ਵੀ ਹੋਰ ਵੀ ਲੋਕ ਵਿੱਚ ਆ ਗਏ, ਹੋਰ ਵੀ ਲੋਕ ਕਹਿਣ ਲੱਗ ਪਏ ਵੀ ਅਸੀਂ ਵੀ, ਸਾਡਾ ਵੀ ਯੋਗਦਾਨ ਆ, ਅਸੀਂ ਵੀ ਸੇਵਾ ਕਰ ਰਹੇ ਹਾਂ। ਹਾਂਜੀ ਹਾਂਜੀ, ਅਤੇ ਵਡਾਲਾ ਸਾਹਿਬ ਨੇ ਇਹੀ ਅਕਸਰ ਕਹਿਣਾ ਕਿ ਉਹਨਾਂ ਦਾ ਯੋਗਦਾਨ ਵੀ ਕਬੂਲ ਆ। ਹਰ ਇੱਕ ਦਾ ਜਿਹੜਾ ਯੋਗਦਾਨ ਆ ਉਹ ਆਪਾਂ ਸਵੀਕਾਰਦੇ ਹਾਂ, ਪਰ ਆਪਾਂ ਇਹਦਾ ਜਿਹੜਾ ਕ੍ਰੈਡਿਟ ਹੈ ਆਪਣੇ ਸਿਰ ਨਹੀਂ ਲੈਣਾ। ਠੀਕ ਆ, ਸੰਗਤਾਂ ਦੇ ਵਿੱਚ ਭਾਵਨਾ ਹੈਗੀ ਆ, ਉਹਨਾਂ ਦੇ ਮਨ ਦੀ ਇਹ ਇੱਛਾ ਸੋਚ ਆ ਕਿ ਵਡਾਲਾ ਸਾਹਿਬ ਨੇ 18 ਸਾਲ ਸੇਵਾ ਕੀਤੀ, ਇਸ ਜਿਹੜਾ ਇਹ ਆਪਣਾ ਕਹਿ ਲਓ ਪੰਥ ਦਾ ਬਹੁਤ ਵੱਡਾ ਮਿਸ਼ਨ ਸੀਗਾ, ਉਹਨੂੰ ਇੰਟਰਨੈਸ਼ਨਲ ਲੈਵਲ ਤੱਕ ਲਿਜਾਣ ਵਿੱਚ ਵਡਾਲਾ ਸਾਹਿਬ ਨੇ ਬਹੁਤ ਵੱਡਾ ਆਪਣਾ ਰੋਲ ਅਦਾ ਕੀਤਾ। ਪਰ ਉਹਦੇ ਵਿੱਚ ਦੇਖੋ, ਇਹ ਸੀਗਾ ਗੁਰੂ ਘਰ ਵਾਸਤੇ। ਆਪਾਂ ਅਰਦਾਸ ਕਰਦੇ ਹਰ ਵੇਲੇ ਕਿ ਆਪਾਂ ਨੂੰ ਜਿਹੜੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਗੁਰੂ ਸਾਹਿਬ ਬਲ ਬਖਸ਼ਣ, ਹਿੰਮਤ ਦੇਣ, ਆਪਾਂ ਨੂੰ ਮੌਕਾ ਦੇਣ ਆਪਣੀ ਜ਼ਿੰਦਗੀ ਦੇ ਦੌਰਾਨ। ਅਤੇ ਦੇਖੋ ਕਿਵੇਂ ਸਮਾਂ ਆਉਣ ਲੱਗਾ ਤਾਂ ਫੱਟ ਆ ਗਿਆ, ਅਤੇ ਪਰ ਉਹਦੇ ਵਿੱਚ ਕਿਸੇ ਦਾ ਕੋਈ ਕ੍ਰੈਡਿਟ ਲੈਣ ਵਾਲੀ ਗੱਲ ਨਹੀਂ। ਅਤੇ ਇਹੀ ਕਹਾਂਗੇ ਕਿ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ, ਸਿੱਖ ਪੰਥ ਦੀ ਅਰਦਾਸ ਸੁਣੀ ਗਈ ਹੈ, ਅਤੇ ਗੁਰੂ ਨਾਨਕ ਦੇਵ ਜੀ ਦੀ ਆਪ ਕਿਰਪਾ ਹੋ ਗਈ। ਜਿਨ੍ਹਾਂ ਜਿਨ੍ਹਾਂ ਨੇ ਵੀ ਉਹਦੇ ਵਿੱਚ ਹਿੱਸਾ ਪਾਇਆ, ਵਡਾਲਾ ਸਾਹਿਬ ਉਹਨਾਂ ਵਰਗੇ ਹੋਰ ਜਿਹੜੇ ਆਪਣੇ ਸਿੱਖ ਪੰਥ ਦੇ ਪੈਰੋਕਾਰ ਸਨ, ਸੇਵਾਦਾਰ ਸਨ, ਹਾਂਜੀ ਹਾਂਜੀ, ਜਿਹੜੇ ਹੋਰ ਧਾਰਮਿਕ ਸੰਸਥਾਵਾਂ ਸਨ, ਸਿੱਖ ਪੰਥ ਦੇ ਅਦਾਰੇ ਸਨ, ਉਹਨਾਂ ਸਭ ਨੇ ਯੋਗਦਾਨ ਪਾਇਆ, ਅਤੇ ਉਹ ਸਾਰੀਆਂ ਅਰਦਾਸਾਂ ਗੁਰੂ ਸਾਹਿਬ ਨੇ ਆਪ ਸੁਣੀਆਂ। ਇਹਦੇ ਨਾਲ ਨਾਲ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ, ਇਮਰਾਨ ਖਾਨ, ਮੋਦੀ ਸਾਹਿਬ, ਸਿੱਧੂ ਸਾਹਿਬ ਦੀ ਵੀ ਲੋਕ ਗੱਲ ਕਰਦੇ ਹੈਗੇ। ਅਤੇ ਇਹਦੇ ਨਾਲ ਨਾਲ ਹੁਣ ਤੁਸੀਂ ਜਦੋਂ ਕੋਰੀਡੋਰ ਖੁੱਲ੍ਹ ਗਿਆ, ਤੁਸੀਂ ਆਪ ਕਿਉਂ ਨਹੀਂ ਜਾ ਸਕੇ ਆਪਣੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿੱਚ? ਤੁਸੀਂ ਦੇਖੋ ਜੀ, ਸਰਕਾਰਾਂ ਦੀ ਗੱਲ ਕੀਤੀ ਹੈ, ਬਹੁਤ ਸਹੀ ਗੱਲ ਹੈ ਤੁਹਾਡੀ। ਹਾਂਜੀ, ਇਹ ਦੋਨਾਂ ਹੀ ਸਰਕਾਰਾਂ ਤੋਂ ਬਗੈਰ ਤਾਂ ਕੰਮ ਹੋ ਨਹੀਂ ਸੀ ਸਕਦਾ। ਬਿਲਕੁਲ ਬਿਲਕੁਲ। ਅਤੇ ਦੇਖੋ ਜਿੱਥੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਬੜੀ ਦੂਰ ਅੰਦੇਸ਼ੀ ਦਿਖਾ ਕੇ ਉਹਨਾਂ ਨੇ ਐਲਾਨ ਕੀਤਾ, ਬਿਲਕੁਲ, ਪਰ ਜਦੋਂ ਵਡਾਲਾ ਸਾਹਿਬ ਪਹਿਲਾਂ ਜਥੇ ਲੈ ਕੇ ਜਾਂਦੇ ਹੁੰਦੇ ਸੀ 2004, 2005, 2006, 2007 ਵਿੱਚ, ਹਾਂਜੀ, ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਿਨ ਉੱਪਰ, ਹਾਂਜੀ, ਉਹ ਆਉਂਦਾ ਸੀਗਾ 22-23 ਸਪਟੰਬਰ ਨੂੰ। ਅੱਛਾ, ਉੱਥੇ ਜਾ ਕੇ ਜਦੋਂ ਪਹਿਲੀ ਵਾਰੀ ਗਏ ਅਤੇ ਗੁਰਦੁਆਰਾ ਸਾਹਿਬ ਦੇ ਹਾਲਾਤ ਬਹੁਤ ਖਰਾਬ ਸੀ, ਉੱਥੇ ਅੰਦਰ ਉਹ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਅੰਦਰ ਪਸ਼ੂ ਬੰਨੇ ਸੀ, ਆਸ ਪਾਸ ਦੇ ਲੋਕਾਂ ਨੇ ਜਿਹੜੇ ਪਿੰਡ 'ਚ ਰਹਿੰਦੇ ਸੀ ਉੱਥੇ ਜ਼ਿਮੀਂਦਾਰਾਂ ਨੇ, ਬਿਲਡਿੰਗ ਦੀ ਬਹੁਤ ਖਸਤਾ ਹਾਲਾਤ ਸੀ, ਜਿਵੇਂ ਆਪਾਂ ਦੇਖਦੇ ਹਾਂ ਆਪਣੇ ਪਿੰਡਾਂ 'ਚ ਜਿਹੜੀਆਂ ਮਸੀਤਾਂ ਨੇ ਉਦਾਂ ਦਾ ਸੀਗਾ, ਕਰਕੇ ਸੰਗਤ ਜਿਹੜੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਜਾਂਦੇ ਸੀ ਉੱਥੇ ਨਹੀਂ ਸੀ ਜਾ ਸਕਦੇ ਗੁਰਦੁਆਰਾ। ਅੱਛਾ, ਪਹਿਲਾਂ ਨਹੀਂ ਸੀ ਉੱਥੇ ਜਾ ਸਕਦੇ? ਨਹੀਂ ਸੀ ਜਾ ਸਕਦੇ। ਅੱਛਾ ਅੱਛਾ, ਜਦੋਂ ਵਡਾਲਾ ਸਾਹਿਬ ਆਪਣੇ ਜਥੇ ਲੈ ਕੇ ਗਏ, ਇਸ ਮੰਗ ਨੂੰ ਉਹਨਾਂ ਨੇ ਸ਼ੁਰੂ ਕਰਤਾ ਅਰਦਾਸ ਕਰਨੀ ਹਰ ਮੱਸਿਆ ਦੇ ਦਿਨ ਤੇ, ਫਿਰ ਉਹਨਾਂ ਨੇ ਜਾ ਕੇ ਪਾਕਿਸਤਾਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਹ ਵੀ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਉਸ ਜਥੇ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰੋ, ਅਤੇ ਫਿਰ ਇਹ ਸ਼ਾਮਿਲ ਹੋਇਆ। ਅਤੇ ਉਹਦੇ ਨਾਲ ਦੋਵਾਂ ਜਿਹੜੀ ਸਰਕਾਰਾਂ ਦੀ ਗੱਲ ਕੀਤੀ ਤੁਸੀਂ, ਦੇਖੋ ਉੱਧਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ, ਇੱਧਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ, ਇਹਨਾਂ ਦੋਵਾਂ ਨੇ ਬਹੁਤ ਦੂਰ ਅੰਦੇਸ਼ੀ ਨਾਲ ਸਿੱਖ ਪੰਥ ਨੂੰ ਬੜਾ ਵੱਡਾ ਇੱਕ ਤੋਹਫ਼ਾ ਦਿੱਤਾ ਆ, ਜਿਹੜਾ ਕਿ ਲਾਂਘਾ ਖੋਲ੍ਹਤਾ। ਅਗਲੀ ਗੱਲ ਜਿਹੜੀ ਤੁਸੀਂ ਕਹਿੰਦੇ ਜਾਣਦੇ, ਅਸੀਂ ਜ਼ਰੂਰ ਪਹਿਲੇ ਦਿਨ ਜਾ ਕੇ ਆਏ ਹਾਂ, ਚਲੋ ਮੈਂ ਤਾਂ ਬਤੌਰ ਸਾਨੂੰ ਜਿਹੜੇ ਪੰਜਾਬ ਦੇ ਸਾਰੇ MLA ਗਏ ਉਹਦੇ ਵਿੱਚ ਸਾਨੂੰ ਵੀ ਮੌਕਾ ਮਿਲ ਗਿਆ ਜਾਣ ਦਾ। ਹਾਂਜੀ ਹਾਂਜੀ, ਅਸੀਂ ਚਾਹੁੰਦੇ ਸੀਗੇ ਕਿ ਜਿਹੜੀ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਆ, ਹਾਂਜੀ, ਜੇ ਸੰਸਥਾ ਨੂੰ ਵਡਾਲਾ ਸਾਹਿਬ ਨੇ ਬਣਾ ਕੇ 2001 ਦੀ ਵਿਸਾਖੀ ਤੋਂ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਸਨ, ਹਾਂਜੀ, ਉਹਨਾਂ ਦੇ ਮੈਂਬਰ ਵੀ ਜਿਹੜੇ ਐਕਟਿਵ ਰਹੇ ਨੇ ਇਹਨਾਂ 18-19 ਸਾਲ ਦੇ ਸਮੇਂ ਦੌਰਾਨ, ਉਹ ਵੀ ਜਾ ਸਕਦੇ ਉੱਥੇ। ਅੱਛਾ ਅੱਛਾ, ਉਸ ਦਿਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹਿਲੇ ਦਿਨ, ਜੀ ਜੀ, ਜਿਹਦੇ 9 ਤਰੀਕ ਨੂੰ ਪਹਿਲਾਂ ਜਥਾ ਗਿਆ। ਅੱਛਾ, ਆਪਣੇ ਹਿੰਦੁਸਤਾਨ ਤੋਂ, ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ। ਉਹਦਾ ਕੀ ਕਾਰਨ ਹੈ, ਚਲੋ ਇਹ ਕੇਂਦਰ ਦੀ ਸਰਕਾਰ ਜਾਣਦੀ ਹੈ ਜਾਂ ਪੰਜਾਬ ਸਰਕਾਰ ਜਾਣਦੀ ਹੈ, ਪਰ ਹੁਣ ਵੀ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਸੰਗਤ ਆ ਉਹਨੂੰ ਪਰੇਸ਼ਾਨੀ ਆ ਰਹੀ ਆ, ਜਾਂ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਕਹਿ ਲਓ, ਇਹ ਬੜੀ ਮੁਸੀਬਤ ਕਹਿ ਲਓ, ਜਾਂ ਇੱਕ ਬਹੁਤ ਵੱਡਾ ਇਹ ਜਿਹੜਾ ਮਸਲਾ ਆ ਜਿਹੜਾ ਹੱਲ ਨਹੀਂ ਹੋ ਰਿਹਾ ਸੰਗਤਾਂ ਵਾਸਤੇ, ਇਹਦਾ ਜਿਹੜਾ ਨਾ ਤਰੀਕਾ ਆ ਉਹਨੂੰ ਸਰਲ ਕਰਨਾ ਚਾਹੀਦਾ, ਸੌਖਾ ਕਰਨਾ ਚਾਹੀਦਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਹਨਾਂ ਨੇ ਟਵੀਟ ਕੀਤਾ ਸੀ, ਉਹਨਾਂ ਨੇ ਕਿਹਾ ਪਾਸਪੋਰਟ ਦੀ ਵੀ ਜ਼ਰੂਰਤ ਨਹੀਂ, ਈਵਨ ਜਿਹੜਾ 10 ਦਿਨ ਦਾ ਗੈਪ ਆ ਉਹਦੀ ਵੀ ਜ਼ਰੂਰਤ ਨਹੀਂ, ਕੋਈ ਵੀ ਕਹਿੰਦੇ ID ਜਿਹੜੀ ਵੈਲਿਡ ID ਮਤਲਬ ਜਿਹੜੀ ਕਿਸੇ ਵੀ ਗੌਰਮੈਂਟ ਆਫਿਸ ਵੱਲੋਂ ਜਾਰੀ ਕੀਤੀ ਉਹ ਚੱਲੇਗੀ, ਉਹ ਇੱਧਰੋਂ ਕੀ ਕਮੀ ਆ, ਮਤਲਬ ਜੇ ਇੰਪਲੀਮੈਂਟ ਨਹੀਂ ਹੋ ਸਕੀ ਤੁਹਾਡੇ ਹਿਸਾਬ ਨਾਲ? ਦੇਖੋ ਆਪਾਂ ਸਾਰੇ ਸਮਝਦੇ ਹਾਂ ਜਿਹੜੇ ਲੋਕ ਆਪਣੇ ਇਸ
ਮੁੱਦੇ ਬਾਰੇ ਸਾਰੇ ਜਾਣਦੇ ਆ, ਸਿੱਖ ਪੰਥ ਦੇ ਸੇਵਾਦਾਰ। ਹਾਂਜੀ, ਇਹ ਇੱਕ ਨਾ ਇੱਕ ਦਿਨ ਜਿਹੜੀ ਪਾਸਪੋਰਟ ਦੀ ਸ਼ਰਤ ਆ ਹਿੰਦੁਸਤਾਨ ਸਰਕਾਰ ਨੂੰ ਇਹਨੂੰ ਹਟਾਉਣਾ ਪਊਗਾ। ਅੱਛਾ, ਇਹ ਸ਼ਰਤ ਨਹੀਂ ਰਹਿਣੀ ਬਹੁਤਾ ਲੰਬਾ ਸਮਾਂ। ਸ਼ੁਰੂਆਤ ਕਰਨ ਵਿੱਚ ਚਲੋ ਇਹਨਾਂ ਨੇ ਇਸ ਗੱਲ ਨੂੰ ਆਪਣੇ ਪਾਸਪੋਰਟ ਨੂੰ ਆਈ ਡੀ ਵਜੋਂ ਜਿਹੜਾ ਆਪਣੇ ਕਹਿਤਾ ਵੀ ਉਹੀ ਉਹੀ ਮੰਨੀ ਜਾਊਗੀ। ਪਰ ਜੇ ਇਮਰਾਨ ਖਾਨ ਨੇ ਟਵੀਟ ਕਰਕੇ ਕਿਹਾ ਵੀ ਨਹੀਂ ਇਸ ਪਾਸਪੋਰਟ ਦੀ ਲੋੜ ਨਹੀਂ, ਇਹ ਵੀ ਕਹਿਤਾ ਵੀ ਸਾਨੂੰ ਪਹਿਲਾਂ 10 ਦਿਨ ਦੱਸਣ ਦੀ ਲੋੜ ਨਹੀਂ ਹੈ। ਸੋ ਇਮਰਾਨ ਖਾਨ ਜਾਂ ਪਾਕਿਸਤਾਨ ਗਵਰਨਮੈਂਟ ਦਾ ਇਸ ਮਸਲੇ ਨੂੰ ਹੌਲੀ ਹੌਲੀ ਉਹਨੂੰ ਸੌਖਾ ਕਰ ਰਹੀ ਹੈ, ਈਜ਼ ਆਊਟ ਕਰ ਰਹੀ ਹੈ, ਈਜ਼ੀ ਕਰ ਰਹੀ ਆ, ਮਤਲਬ ਬਹੁਤ ਆਸਾਨ ਬਣਾ ਰਹੀ ਆ। ਜਿਹੜੀ ਆਪਣੀ ਸਰਕਾਰ ਹੈ ਦਿੱਲੀ ਦੀ, ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜੋ ਉਹਨਾਂ ਨੇ ਆਪਣੇ ਇੱਛਾ ਜ਼ਾਹਰ ਕੀਤੀ ਹੈ ਉਹਦੇ ਇੱਛਾ ਦੇ ਮੁਤਾਬਕ ਇਹਨਾਂ ਨੂੰ ਵੀ ਫੈਸਲਾ ਲੈਣਾ ਚਾਹੀਦਾ। ਜੇ ਹੁਣ ਤੁਸੀਂ ਆਪ ਜਾ ਕੇ ਆਏ ਉੱਥੇ ਆਪਣੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ, ਤੁਹਾਨੂੰ ਹਜ਼ਾਰਾਂ ਲੋਕ ਮਿਲੇ ਨੇ ਜਿਹੜੇ ਰੋਜ਼ ਜਥੇ ਲੈ ਕੇ ਆਉਂਦੇ ਆ, ਬੱਸਾਂ ਰਾਹੀਂ ਆਉਂਦੇ, ਕਹਿੰਦੇ ਅਸੀਂ ਤਾਂ ਆਪਣਾ ਆਈ ਡੀ ਕਾਰਡ ਲੈ ਕੇ ਆਏ, ਆਧਾਰ ਕਾਰਡ ਲੈ ਕੇ ਆਏ, ਪੈਸੇ ਲੈ ਕੇ ਆਏ ਹਾਂ, ਅਸੀਂ ਤਾਂ ਲਾਂਘਾ ਆਪਣੇ ਦੇ ਰਾਹੀਂ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਆਏ ਹਾਂ, ਪਰ ਇੱਥੇ ਆਉਂਦੇ ਆ ਉਹ ਕਹਿੰਦੇ ਨਹੀਂ ਤੁਸੀਂ ਜਾ ਨਹੀਂ ਸਕਦੇ। ਸੋ ਤਕਰੀਬਨ ਹਜ਼ਾਰਾਂ ਲੋਕ ਉੱਥੇ ਰੋਜ਼ ਆਉਂਦੇ ਨੇ ਅਤੇ ਜਾ ਹੋ ਰਹੇ ਸਿਰਫ ਕੁਛ ਸੈਂਕੜੇ ਲੋਕ ਜਾਂਦੇ ਨੇ। ਇਹਨੂੰ ਸੌਖਾ ਬਣਾਉਣ ਲਈ ਸਰਕਾਰ ਨੂੰ ਆਪਣੇ ਹਿੰਦੁਸਤਾਨ ਵਾਲੇ ਨੂੰ ਪਹਿਲਕਦਮੀ ਕਰਕੇ ਤਾਂ ਇਹਦੀਆਂ ਜਿਹੜੀਆਂ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ। ਜਿਹੜਾ ਪੋਰਟਲ ਬਣਾਇਆ ਔਨਲਾਈਨ ਜਿਹੜੀ ਹੈਗੀ ਆ ਜਿਹੜੀ ਸੁਵਿਧਾ ਉਹਨਾਂ ਨੇ ਦਿੱਤੀ ਆ ਸੰਗਤਾਂ ਵਾਸਤੇ, ਉਹਨੂੰ ਵੀ ਥੋੜ੍ਹਾ ਜਿਹਾ ਹੋਰ ਉਹਨੂੰ ਠੀਕ ਕਰਨਾ ਚਾਹੀਦਾ, ਤਾਂ ਕਿ ਲੱਗਦਾ ਆ ਕਿ ਆਪਣੇ ਕਈ ਵਾਰੀ ਡੇਟਾ ਖਾਲੀ ਹੁੰਦੀਆਂ ਪਰ ਸੰਗਤ ਜੇ ਚਾਹੁੰਦੇ ਜਾਣਾ ਵੀ ਚਾਹੁੰਦੀ ਹੈ 15 ਦਿਨ ਬਾਅਦ 20 ਦਿਨ ਬਾਅਦ, ਲੇਕਿਨ ਉਹ ਡੇਟ ਖਾਲੀ ਹੋਣ ਦੇ ਬਾਵਜੂਦ ਵੀ ਕੰਪਿਊਟਰ ਉਸ ਡੇਟ 'ਤੇ ਉਹਦੀ ਐਪਲੀਕੇਸ਼ਨ ਨਹੀਂ ਚੱਕਦਾ। ਸੋ ਕੋਈ ਨਾ ਕੋਈ ਇਹਦੇ ਵਿੱਚ ਪ੍ਰੋਬਲਮ ਆ, ਕੋਈ ਨਾ ਕੋਈ ਇਹਦੇ ਵਿੱਚ ਨੁਕਸ ਆ ਉਹਦੇ ਵਿੱਚ ਵੈਬਸਾਈਟ 'ਚ ਉਸ ਪੋਰਟਲ ਵਿੱਚ, ਉਹਨੂੰ ਠੀਕ ਕਰਨਾ ਚਾਹੀਦਾ। ਅਸੀਂ ਬੇਨਤੀ ਕਰਦੇ ਹਾਂ ਆਪਣੀ ਸਰਕਾਰ ਨੂੰ, ਦਿੱਲੀ ਵਾਲੇ ਨੂੰ ਅਤੇ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਹਾਂ, ਇਹਨਾਂ ਦਾ ਵੀ ਫਰਜ਼ ਬਣਦਾ ਕਰਕੇ ਮੌਕੇ ਦੀ ਪੰਜਾਬ ਦੀ ਸਰਕਾਰ ਇਹਦਾ ਬਹੁਤ ਵੱਡਾ ਰੋਲ ਆ, ਇਹ ਵੀ ਹਿੰਦੁਸਤਾਨ ਗਵਰਨਮੈਂਟ ਨਾਲ ਗੱਲ ਕਰੇ ਤਾਂ ਕਿ ਸੌਖਾ ਕੀਤਾ ਜਾਵੇ ਅਤੇ ਜਿਹੜਾ ਵੀ ਆਪਣੇ ਚਾਹੇ ਪਾਸਪੋਰਟ ਰਾਹੀਂ ਜਾਂ ਜਿਹੜਾ ਜਾਣਾ ਚਾਹੁੰਦਾ ਆ ਉਹਨੂੰ ਕੋਈ ਰੁਕਾਵਟ ਨਾ ਆਵੇ ਇਸ ਆਪਣੇ ਨਾ ਐਪਲੀਕੇਸ਼ਨ ਭਰਨ ਦੇ ਵਿੱਚ। ਇੱਕ ਦੋ ਗੱਲਾਂ ਮੈਂ ਹੋਰ ਆਪਣੇ ਵਡਾਲਾ ਸਾਹਿਬ ਦੇਖੀਆਂ, ਉੱਥੇ ਉਹ ਜਿਹੜਾ ਪਿੰਡ ਮਾਨ ਟੀ ਪੁਆਇੰਟ ਤੋਂ ਜਦੋਂ ਅਸੀਂ ਜਾਂਦੇ ਹਾਂ ਬਾਰਡਰ ਤੱਕ ਉਹ ਅਰਾਊਂਡ 4 ਕਿਲੋਮੀਟਰ ਦਾ ਡਿਸਟੈਂਸ ਹੈਗਾ, ਉੱਥੇ ਇੱਕ ਤਾਂ ਟਰਾਂਸਪੋਰਟ ਦੀ ਕੋਈ ਸਮੱਸਿਆ ਨਹੀਂ, ਬਜ਼ੁਰਗ ਹੁੰਦੇ, ਲੇਡੀਜ਼ ਹੁੰਦੀਆਂ ਬਜ਼ੁਰਗ, ਨਾ ਹੀ ਕੋਈ ਚਾਹ ਦਾ, ਨਾ ਕੋਈ ਪਾਣੀ ਦਾ, ਲੰਗਰ ਲੁੰਗਰ ਤਾਂ ਹੁਣ ਮੈਂ ਕੀ ਕਹਾਂ, ਕੋਈ ਉੱਥੇ ਨਾਮ ਹੀ ਨਿਸ਼ਾਨ ਨਹੀਂ, ਕੋਈ ਐਨ ਜੀ ਓ ਜਾਂ ਕੋਈ ਥੋੜ੍ਹਾ ਬਹੁਤਾ ਈਵਨ ਚਾਹ ਪਾਣੀ ਦਾ ਕੋਈ ਸਨੈਕਸ ਦਾ ਔਨ ਪੇਮੈਂਟ ਹੀ ਪ੍ਰਬੰਧ ਹੋਵੇ ਬੰਦੇ, ਉਹ ਬਹੁਤ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਮਤਲਬ ਬੁਰੀ ਹਾਲਤ ਹੋ ਜਾਂਦੀ ਜਿਹੜੇ ਉੱਥੇ ਰਹਿੰਦੇ ਆ। ਦੇਖੋ ਜੀ, ਆਹ ਤਾਂ ਜਿੱਦਾਂ ਤੁਸੀਂ ਗੱਲ ਕੀਤੀ ਆ ਇਹ ਤਾਂ ਬੜਾ ਅਫਸੋਸ ਹੈ ਇਸ ਗੱਲ ਦਾ, ਨਹੀਂ ਇਹਦਾ ਹੋਣਾ ਚਾਹੀਦਾ। ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ, ਥਾਂ ਥਾਂ 'ਤੇ ਆਪਾਂ ਲੰਗਰ ਲਾਉਂਦੇ ਹਾਂ ਅਤੇ ਕੋਈ ਕਿਸੇ ਗੱਲ ਦੀ ਘਾਟ ਹੀ ਨਹੀਂ, ਇਹਨੇ ਬਖਸ਼ਿਸ਼ ਆ ਪੰਜਾਬ ਦੇ ਉੱਪਰ ਪੰਥ ਉੱਪਰ। ਹਾਂਜੀ, ਪਰ ਇਹ ਜਿਹੜਾ ਹੈਗਾ ਨਾ ਮਸਲਾ ਜੀ, ਇਹਨੂੰ ਤੁਰੰਤ ਇੱਕ ਤਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਆਪਣੀ ਜਿਹੜੀ ਸਿੱਖ ਪੰਥ ਦੀ ਸਰਮੌਰ ਧਾਰਮਿਕ ਜਥੇਬੰਦੀ ਆ ਉੱਥੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਆਪਣੇ ਨਾਲ ਆਪਣੇ ਇਤਿਹਾਸਿਕ ਗੁਰਦੁਆਰਾ ਆ ਉਹਨਾਂ ਆਪਣੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੇ ਆ ਕਮੇਟੀ ਆ ਮੈਨੇਜਰ ਉਹਨਾਂ ਨੂੰ ਜਾਂ ਮੁੱਖ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਅਤੇ ਨਾਲ ਨਾਲ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ, ਦੋਵਾਂ ਹੀ ਆਪਣੇ ਇਹ ਜਿਹੜੇ ਆਪਣੇ ਸਰਕਾਰ ਨੂੰ ਅਤੇ ਆਪਣੇ ਅਦਾਰੇ ਨੂੰ ਸ਼੍ਰੋਮਣੀ ਕਮੇਟੀ ਨੂੰ ਤਾਲਮੇਲ ਦੇ ਨਾਲ ਕੋਈ ਨਾ ਕੋਈ ਸੁਵਿਧਾ ਦੇਣੀ ਚਾਹੀਦੀ ਹੈ ਜਿਹੜੀ ਕਿ ਸੰਗਤਾਂ ਵਾਸਤੇ ਜਿਹੜੀ ਆਵਾਜਾਈ ਦੀ ਵੀ ਕੋਈ ਸਾਧਨ ਹੋਵੇ। ਹੁਣ ਚਲੋ ਪੰਜਾਬ ਸਰਕਾਰ ਨੇ ਬੱਸ ਦਾ ਸ਼ੁਰੂ ਕੀਤਾ, ਉਹ ਵੀ ਇੱਕ ਟਾਈਮ ਆ, ਮਤਲਬ ਉਹ 9:45 ਆ, ਮਤਲਬ ਉਹਦੇ ਬੱਸ ਵਿੱਚ ਮਰਖਾ 60 ਕੁ ਲੋਕ ਬੈਠ ਜਾਣਗੇ ਸ਼ਰਧਾਲੂ, ਜੇ 200-300-400 ਜਾਂਦਾ ਫਿਰ ਬਾਕੀ ਕਿਵੇਂ ਆਉਣਗੇ। ਇਹੀ ਤਾਂ ਘਾਟ ਹੈ ਨਾ ਜੀ, ਦੇਖੋ ਤੁਸੀਂ ਗੱਲ ਕੀਤੀ ਆ, ਬੜਾ ਇਸ ਗੱਲ ਦਾ ਸਾਨੂੰ ਮਨ ਦੇ ਵਿੱਚ ਰੋਸ ਆ ਵੀ ਆਪਾਂ ਇੰਨਾ ਵੱਡਾ ਕੰਮ ਹੋ ਗਿਆ, ਇਤਿਹਾਸ ਬਣ ਗਿਆ ਉੱਥੇ, ਤੇ ਜੇ ਆਪਾਂ ਇਹ ਵੀ ਨਾ ਮੈਨੇਜ ਕਰ ਸਕੇ ਵੀ ਜੇ ਬਸ ਪ੍ਰੈਕਟੀਕਲ ਪ੍ਰੋਬਲਮ ਹੈ ਆਪਣੀ ਅੱਖਾਂ ਨਾਲ ਦੇਖੀਆਂ ਇਹ, ਮਤਲਬ ਇਸ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਬਿਲਕੁਲ ਸਹੀ ਗੱਲ ਹੈ ਜੀ, ਅਸੀਂ ਵੀ ਸਾਨੂੰ ਵੀ ਪਤਾ ਲੱਗਾ ਸੀਗਾ ਕਿ ਸੰਗਤ ਜਿਹੜੀ ਰਾਤ ਨੂੰ ਵੀ ਆਉਂਦੀ ਉਹਨੂੰ ਮੁਸ਼ਕਿਲ ਆਉਂਦੀ ਉੱਥੇ ਠਹਿਰਨ ਦੀ, ਲੰਗਰ ਦੀ ਜਾਂ ਟਰਾਂਸਪੋਰਟੇਸ਼ਨ ਦੀ ਉੱਥੇ ਜਾਣ ਵਾਸਤੇ। ਤੁਹਾਡੀ ਗੱਲ ਸਹੀ ਆ, ਪਰ ਅਸੀਂ ਤਾਂ ਦੇਖੋ ਤੁਹਾਡੇ ਮਾਧਿਅਮ ਰਾਹੀਂ ਇੱਕ ਤਾਂ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਐਨ ਜੀ ਓਜ਼ ਵੀ, ਇੰਨੀਆਂ ਸਿੰਘ ਸਭਾਵਾਂ ਨੇ, ਇੰਨੀਆਂ ਆਪਣੇ ਹੋਰ ਜਥੇਬੰਦੀਆਂ ਨੇ ਜਿਹੜੀਆਂ ਕਿ ਇਹ ਰੋਲ ਅਦਾ ਕਰ ਸਕਦੀਆਂ ਆ। ਪਰ ਮੈਂ ਜੋ ਤੁਸੀਂ ਇਹ ਗੱਲ ਆਖੀ ਆਪਣੀ ਸੰਸਥਾ ਵੱਲੋਂ ਜਿਹੜੀ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਬਲਾਸ਼ੀ ਸੰਸਥਾ ਆ ਉਹਦੇ ਵੱਲੋਂ ਵੀ ਅਸੀਂ ਇੱਕ ਦਿਨ ਜਾਂਦੇ ਹਾਂ ਉੱਥੇ ਜਾ ਕੇ ਸਾਰਾ ਜਿਹੜਾ ਆਪਣਾ ਉੱਥੇ ਹਾਲਾਤ ਸਿਚੁਏਸ਼ਨ ਅਸੈਸ ਕਰਦੇ ਹਾਂ, ਜਾਇਜ਼ਾ ਲੈਂਦੇ ਹਾਂ, ਅਸੈਸਮੈਂਟ ਕਰਕੇ ਫਿਰ
ਜੋ ਅਸੀਂ ਕਰ ਸਕਦੇ ਅਸੀਂ ਜ਼ਰੂਰ ਕਰਾਂਗੇ ਉੱਥੇ ਸੰਗਤਾਂ ਦੇ ਆਪਣੇ ਇਹਨਾਂ ਸਹਿਯੋਗ ਦੇ ਨਾਲ ਲੋਕਾਂ ਦੀ ਕੋਆਪਰੇਸ਼ਨ ਦੇ ਨਾਲ ਜਿਹੜੇ ਡੇਰਾ ਬਾਬਾ ਨਾਨਕ ਦੇ ਆਪਣੇ ਹੈਗੇ ਲੋਕ ਨੇ ਉੱਥੇ ਇਲਾਕੇ ਦੇ ਉਹਨਾਂ ਨਾਲ ਅਤੇ ਜਾਂ ਜਿਹੜਾ ਜਿਹੜਾ ਵੀ ਕੋਈ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਪਰ ਮੁੱਢਲਾ ਫਰਜ਼ ਬਣਦਾ ਆ ਪੰਜਾਬ ਗਵਰਨਮੈਂਟ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ। ਅੱਛਾ ਹੁਣ ਤੁਸੀਂ ਜਿਹੜੀ ਸੰਸਥਾ ਰਾਵੀ ਦਰਸ਼ਨ ਬਲਾਸੀ ਇਹਦੇ ਵੱਲੋਂ ਕਦੋਂ ਪਲੈਨ ਕਰਦੇ ਹੋ ਅਤੇ ਕਿੰਨੇ ਕੁ ਜਿਹੜੇ ਪਿਲਗ੍ਰਮ ਸ਼ਰਧਾਲੂ ਲੈ ਕੇ ਜਾਣ ਦਾ ਇਰਾਦਾ ਤੁਹਾਡਾ? ਅਸੀਂ ਇਹ ਸਾਰੀ ਸੰਸਥਾ ਵੱਲੋਂ ਫੈਸਲਾ ਲਿਆ ਗਿਆ ਕਿ ਜਿਹੜੀ ਆਉਣ ਵਾਲੀ ਮੱਸਿਆ ਆ ਡਿਸੰਬਰ ਦੇ ਮਹੀਨੇ ਦੀ, ਮਤਲਬ ਅੰਗਰੇਜ਼ੀ ਤਰੀਕ ਕਿਹੜੀ ਬਣਨੀ? 26 ਦਸੰਬਰ ਬਣਦੀ ਹੈ। 26 ਦਸੰਬਰ, 26 ਦਸੰਬਰ ਮੱਸਿਆ ਦਾ ਦਿਹਾੜਾ ਆ। ਅੱਛਾ, ਮੱਸਿਆ ਤਾਂ ਰੱਖਿਆ ਕਿ ਹਰ ਮੱਸਿਆ ਤੇ ਵਡਾਲਾ ਸਾਹਿਬ ਉੱਥੇ ਜਾ ਕੇ ਅਰਦਾਸ ਕਰਿਆ ਕਰਦੇ ਸਨ। ਹਾਂਜੀ ਹਾਂਜੀ, ਤੇ ਉਸ ਮੱਸਿਆ ਨੂੰ ਅਸੀਂ ਇੱਕ ਜਥਾ ਲੈ ਕੇ ਜਾ ਰਹੇ ਹਾਂ। ਆਪਣੇ ਵੱਲੋਂ ਕੋਸ਼ਿਸ਼ ਇਹ ਆ ਜੀ ਕਿ ਜਿਹੜੇ ਜਿਹੜੇ ਵੀ ਜਿਹਨਾਂ ਜਿਹਨਾਂ ਨੇ ਵੀ ਜਾਣਾ ਆ ਜਾਂ ਜਿਹਨਾਂ ਤੋਂ ਜਾ ਨਹੀਂ ਹੋਇਆ ਹੁਣ ਤੱਕ, ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਆਈ ਆ, ਅਸੀਂ ਉਹਨਾਂ ਨੂੰ ਵੀ ਇਹ ਆਪਣੇ ਇਸ ਮੈਸੇਜ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ। ਅਸੀਂ ਤੁਹਾਡੀਆਂ ਜਿਹੜੀਆਂ ਐਪਲੀਕੇਸ਼ਨ ਸਾਰੀਆਂ ਜਿੱਥੇ ਜਿੱਥੇ ਤੁਸੀਂ ਹੈਗੇ ਆ ਉੱਥੇ ਭਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇੱਕ ਤਾਂ ਜਿਹੜੇ ਜਿਹੜੇ ਵੀ ਲੋਕ ਜਿਹੜੇ ਪਰਿਵਾਰ ਜਿਹੜੀ ਸੰਗਤ ਵਡਾਲਾ ਸਾਹਿਬ ਨਾਲ ਅਰਦਾਸ ਕਰਨ ਜਾਂਦੀ ਹੁੰਦੀ ਸੀ ਉਹਨਾਂ ਸਾਰਿਆਂ ਨੂੰ ਲੈ ਕੇ ਜਾਈਏ। ਪਹਿਲਾਂ ਸਾਡਾ ਇਹ ਆ ਜੀ ਆਪਣੇ ਜਿਹੜਾ ਟਾਰਗੇਟ ਆ, ਨਾਲੇ ਵੀ ਅਸੀਂ ਕਹਿੰਦੇ ਹਾਂ ਵੀ ਸਾਡੇ ਹਲਕਾ ਨਕੋਦਰ ਆ, ਸਾਡਾ ਜ਼ਿਲ੍ਹਾ ਆ, ਮਤਲਬ ਹੋਰ ਵੀ ਜੇ ਕਿਸੇ ਨੇ ਜਾਣਾ ਸਾਨੂੰ ਜ਼ਰੂਰ ਸੰਪਰਕ ਕਰੇ। ਮਤਲਬ ਇਹ ਇਕੱਲੀ ਹਲਕੇ ਦੀ ਨਹੀਂ ਗੱਲ, ਪੂਰੇ ਪੰਜਾਬ 'ਚੋਂ ਵੀ ਕਿਸੇ ਸ਼ਰਧਾਲੂ ਨੇ ਜਾਣਾ ਹੈ, ਜ਼ਿਲ੍ਹਾ ਸਾਡਾ, ਫਿਰ ਮੈਂ ਪੰਜਾਬ ਦੀ ਗੱਲ ਕਰਨ ਲੱਗਾ ਹੁਣ। ਹਾਂਜੀ, ਜਿੱਥੋਂ ਵੀ ਕਿਸੇ ਨੇ ਜਾਣਾ ਆ, ਜਦ ਤੁਸੀਂ ਸਾਨੂੰ ਦਿਖਾਇਆ ਕੋਈ ਮਾਨਸੇ ਤੋਂ ਆਇਆ, ਫਰੀਦਕੋਟ ਤੋਂ ਆਇਆ, ਹਾਂਜੀ, ਕੋਈ ਸੰਗਰੂਰ ਤੋਂ ਬਜ਼ੁਰਗ ਆਇਆ, ਹਾਂਜੀ ਹਾਂਜੀ, ਉਹ ਵਿਚਾਰੇ ਦੇਖੋ ਕਿੰਨਾ 400 ਕਿਲੋਮੀਟਰ ਚੱਲ ਕੇ ਆਏ ਆ ਪੰਜਾਬ ਦੇ ਕੋਨੇ ਤੋਂ, ਲੇਕਿਨ ਜਾ ਨਹੀਂ ਸਕੇ। ਹਾਂਜੀ ਹਾਂਜੀ, ਅਸੀਂ ਉਹਨਾਂ ਨੂੰ ਵੀ ਇਸ ਆਪਣੇ ਮੈਸੇਜ ਰਾਹੀਂ ਜ਼ਰੂਰ ਬੇਨਤੀ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਸੰਪਰਕ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜੀ ਸੰਗਤ ਨੂੰ ਲੈ ਕੇ ਜਾਣ ਵਾਸਤੇ। ਅਤੇ ਨਾਲੇ ਇਹ ਵੀ ਹੈਗਾ ਆ ਕਈ ਸੰਸਥਾਵਾਂ ਇੱਦਾਂ ਦੀ ਹੈਗੀਆਂ ਜਿਹੜੇ ਬਾਹਰ ਬੈਠੇ ਨੇ ਉਹ ਕਹਿੰਦੇ ਵੀ ਜਿਹੜੇ ਪੈਸੇ ਨਹੀਂ ਦੇ ਸਕਦੇ ਅਸੀਂ ਉਹਨਾਂ ਦੀ ਬਦੌਲਤ ਉਹਨਾਂ ਨੇ ਸੇਵਾ ਕਰ ਦੇਣੀ ਆ। ਅੱਛਾ ਅੱਛਾ, ਕਈ ਵਾਰੀ ਹੁੰਦਾ ਵੀ ਚਲੋ ਕਈ ਆਪਣੇ ਸਧਾਰਨ ਪਰਿਵਾਰ ਰੀਅਲੀ ਗਰੀਬ ਲੋਕੀ ਨੀਡੀ ਲੋਕੀ ਉਹਨਾਂ ਦਾ ਉਹ ਵੀ ਪ੍ਰਬੰਧ ਕਰ ਦਿਓ, ਉਹ ਵੀ ਹੋਜੂਗਾ ਜੀ। ਜਿਹੜਾ ਨਹੀਂ ਕੋਈ ਆਪਣਾ ਦੇ ਸਕਦਾ ਅਫੋਰਡ ਨਹੀਂ ਕਰ ਸਕਦਾ ਉਹ ਸੰਸਥਾ ਕਰੂਗੀ ਜੀ, ਤੇ ਉਹ ਸੰਸਥਾ ਨੇ ਸਾਡੇ ਨਾਲ ਸੰਪਰਕ ਕੀਤਾ ਆ ਤੇ ਉਹ ਵੀ ਇੱਕ ਸੇਵਾ ਦੀ ਸੰਸਥਾ ਆ ਤੇ ਉਹ ਕਹਿੰਦੇ ਅਸੀਂ ਜ਼ਰੂਰ ਆਪਣਾ ਯੋਗਦਾਨ ਪਾਵਾਂਗੇ ਜੇ ਕੋਈ ਇੱਦਾਂ ਦਾ ਕੋਈ ਆਪਣੇ ਯਾਤਰੀ ਹੋਇਆ ਜਾਂ ਸੰਗਤ ਹੋਈ ਜਾਂ ਕੋਈ ਵੀ ਗਰੁੱਪ ਹੋਇਆ ਤੇ ਉਹ ਪੈਸੇ ਵੀ ਭਰਾਂਗੇ। ਤੇ ਅਪੀਲ ਕਰਦਾ ਕਿ ਜਿਹਨੇ ਜਿਹਨੇ ਜਾਣਾ ਆ 26 ਦਸੰਬਰ ਨੂੰ ਸਾਡੇ ਨਾਲ ਸੰਪਰਕ ਕਰੋ, ਪਹਿਲਾਂ ਇਸੇ ਹਫਤੇ ਵਿੱਚ ਕਰ ਲੈਣਾ, ਹਫਤੇ ਦੇ ਵਿੱਚ, ਤਾਂ ਕਿ ਆਪਾਂ ਜਿਹੜਾ ਆਨਲਾਈਨ ਐਪਲੀਕੇਸ਼ਨ ਫਾਰਮ ਭਰਨ ਵਿੱਚ ਕਾਮਯਾਬ ਹੋਈਏ ਤੇ ਆਪਾਂ ਨੂੰ ਜਿਹੜਾ ਹੈਗਾ ਉਹ ਜਿਹੜੀ ਐਕਸੈਪਟ ਹੋ ਜਾਵੇ ਆਪਣੀ ਐਪਲੀਕੇਸ਼ਨ, ਬਾਅਦ ਵਿੱਚ ਤਾਂ ਫਿਰ ਸੌਖਾ ਹੀ ਹੈ, ਫਿਰ ਤਾਂ ਕੋਈ ਬਹੁਤੀ ਮੁਸ਼ਕਿਲ ਨਹੀਂ ਆਉਣੀ। ਅਖੀਰ ਵਿੱਚ ਤੁਸੀਂ ਸਾਵੇਂ ਭਾਰਤ ਅਤੇ ਪਾਕਿਸਤਾਨ ਦੀ ਤੁਹਾਨੂੰ ਪਤਾ 370 ਕਰਕੇ ਕੜੱਤਣ ਵੀ ਚੱਲਦੀ ਹੈਗੀ ਆ, ਅਤੇ ਦੋਨੋਂ ਦੇਸ਼ਾਂ ਦੇ ਆਵਾਮ ਨੂੰ ਅਤੇ ਸਰਕਾਰਾਂ ਨੂੰ ਇੱਕ ਮੈਸੇਜ ਦਿਓ, ਕਿਉਂਕਿ ਗੁਆਂਢੀ ਆ, ਗੁਆਂਢੀ ਨਾਲ ਤਾਂ ਕਹਿੰਦੇ ਅੱਛੇ ਰਿਲੇਸ਼ਨ ਹੋਣੇ ਚਾਹੀਦੇ ਹੈਗੇ, ਦੋਸਤੀ ਦਾ ਜੇ ਨਜ਼ਰੀਆ ਦੋਨਾਂ ਦਾ ਹੋ ਜਾਵੇ। ਬਹੁਤ ਚੰਗੀ ਗੱਲ ਹੈ ਜੀ ਇਹ ਜੋ ਤੁਸੀਂ ਆਖੇ ਹਟੇ ਆ। ਹਾਂਜੀ, ਇਹ ਜਿਹੜਾ ਲਾਂਘਾ ਜਦੋਂ ਇਹਦੀ ਲਾਂਘੇ ਦੀ ਸੇਵਾ ਵਡਾਲਾ ਸਾਹਿਬ ਕਰ ਰਹੇ ਸਨ, ਹਾਂਜੀ, ਤੇ ਦੁਨੀਆਂ ਦੇ ਜਿਹੜੇ ਨਾ ਕਈ ਅਦਾਰੇ ਸਨ ਜਿਹਨੂੰ ਆਪਾਂ ਥਿੰਕ ਟੈਂਕ ਕਹਿ ਦਿੰਦੇ ਹਾਂ, ਅੱਛਾ ਅੱਛਾ, ਖਾਸ ਤੌਰ ਤੇ ਬੁੱਧੀਜੀਵੀ ਲੋਕ, ਹਾਂਜੀ, ਖਾਸ ਤੌਰ ਤੇ ਅਮਰੀਕਾ ਦੇ, ਅੱਛਾ, ਉਹ ਇਹ ਗੱਲ ਆਖਦੇ ਸਨ ਅਮੈਰੀਕਨਸ, ਅੱਛਾ, ਕਿ ਇੱਕ ਦਿਨ ਇਹ ਲਾਂਘਾ ਜ਼ਰੂਰ ਖੁੱਲੂਗਾ, ਇਹ ਲਾਂਘਾ ਸ਼ਾਂਤੀ ਦਾ ਲਾਂਘਾ ਸਾਬਤ ਹੋਊਗਾ, ਬਹੁਤ ਅੱਛੀ, ਅਮਨ ਅਤੇ ਸ਼ਾਂਤੀ ਦਾ ਪੈਗਾਮ ਲੈ ਕੇ ਆਊਗਾ ਲਾਂਘਾ, ਬਹੁਤ ਅੱਛੀ। ਦੇਖੋ ਬਾਬੇ ਨਾਨਕ ਦੀ ਕਿਰਪਾ ਨਾਲ ਖੁੱਲਿਆ ਲਾਂਘਾ ਇਹ, ਗੁਰੂ ਨਾਨਕ ਦੇਵ ਜੀ ਦੀ ਮਿਹਰ ਹੋ ਗਈ ਆਪਣੇ ਸਭ ਤੇ, ਤੇ ਇਸ ਲਾਂਘੇ ਦੇ ਜਦੋਂ ਐਲਾਨ ਹੋਇਆ ਤੁਸੀਂ ਲਾ ਲਓ ਵੀ ਇੰਨੇ ਸਾਨੂੰ ਉਦੋਂ ਫੋਨ ਆਏ ਉਹਦੇ ਪਾਕਿਸਤਾਨ ਤੋਂ, ਮੈਂ ਪਿਛਲੇ ਸਾਲ ਦੀ ਗੱਲ ਕਰਦਾ ਜਦੋਂ ਐਲਾਨ ਕੀਤਾ ਇਮਰਾਨ ਖਾਨ ਜੀ ਨੇ, ਜਦੋਂ ਪਿਛਲੇ ਸਾਲ 2018 ਵਿੱਚ ਜਦੋਂ ਬਿਲਕੁਲ ਮੋਦੀ ਸਾਹਿਬ ਨੇ ਇੱਕ ਐਲਾਨ ਦੇ ਨਾਲ ਹੀ ਬਹੁਤ ਖੁਸ਼ੀ ਦੀ ਲਹਿਰ ਜਾਗ ਉੱਠੀ ਆਪਣੇ ਪੰਜਾਬ ਵਿੱਚ ਵੀ ਉਸ ਪੰਜਾਬ ਵਿੱਚ ਵੀ। ਹੁਣ ਤਾਂ ਵੀ ਆਪਾਂ ਸਫ਼ਰ ਤੈਅ ਕਰ ਲਿਆ ਵੀ ਲਾਂਘਾ ਖੁੱਲ ਗਿਆ, ਅਸੀਂ ਪਹਿਲੇ ਦਿਨ ਗਏ ਹਾਂ ਉੱਥੇ ਵਾਜਾਂ ਮਾਰਦੇ ਆ, ਉਹ ਸਾਨੂੰ ਕਹਿੰਦੇ ਫੇਰ ਦੱਸੋ ਕਦੋਂ ਆਉਂਗੇ, ਬੜਾ ਨਿੱਘ ਦਿਖਾਇਆ, ਬੜਾ ਪਿਆਰ ਕੀਤਾ, ਬੜੀ ਉਹਨਾਂ ਨੇ ਸਦਭਾਵਨਾ ਨਾਲ ਸਾਨੂੰ ਉੱਥੇ ਰਿਸੀਵ ਕੀਤਾ ਤੇ ਸੇਵਾ ਵੀ ਕੀਤੀ ਉਹਨਾਂ ਨੇ, ਤੇ ਮੈਂ ਸਮਝਦਾ ਹਾਂ ਕਿ ਆਹ ਵੀ ਪੰਜਾਬ ਆਪਣਾ, ਉਹ ਵੀ ਪੰਜਾਬ ਆਪਣਾ, ਠੀਕ ਹੈ ਹਿੰਦੁਸਤਾਨ ਦੇ ਮਸਲੇ ਹੋਣਗੇ, ਦੇਸ਼ਾਂ ਦੇ ਹੁੰਦੇ ਨੇ, ਗੁਆਂਢੀਆਂ ਦੇ ਹੁੰਦੇ ਆ, ਪਰ ਜ਼ਰੂਰ ਇਹਨਾਂ ਨੂੰ ਦੋਵਾਂ ਦੇਸ਼ਾਂ ਨੂੰ ਇਹ ਜਿਹੜੇ ਆਪਣੇ ਮਸਲੇ ਜੇ ਕਸ਼ਮੀਰ ਆ ਜਾਂ ਹੋਰ ਆ ਬੈਠ ਕੇ ਉਹਦਾ ਹੱਲ ਲੱਭਣਾ ਚਾਹੀਦਾ, ਤਾਂ ਕਿ ਸਦਾ ਵਾਸਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਸ਼ਾਂਤੀ ਰਵੇ, ਅਮਨ ਰਵੇ, ਤੇ ਆਪਣੀਆਂ ਜਿਹੜੀਆਂ ਸਾਂਝਾਂ ਦੁਆਰਾ ਆਪਾਂ ਕਾਇਮ ਕਰੀਏ, ਉਹ ਵੀ ਚਾਹੁੰਦੇ ਇੱਧਰ ਆਉਣਾ, ਆਪਾਂ
ਉਧਰ ਜਾਣਾ ਚਾਹੁੰਦੇ ਆ, ਉਹਨਾਂ ਦੀ ਜੜਾਂ ਇਧਰ ਆ, ਆਪਣੀਆਂ ਜੜਾਂ ਉਧਰ ਆ, ਪੰਜਾਬ ਤੇ ਕੋਈ ਆ, ਪੰਜਾਬ ਦੇ ਨਾਲ ਬੜਾ ਵਿਤਕਰਾ ਹੋਇਆ 1947 ਚ। ਸੋ ਇਹ ਲਾਂਘਾ ਇੱਕ ਬਹੁਤ ਵੱਡਾ ਰੋਲ ਅਦਾ ਕਰੂਗਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ, ਗੁਰੂ ਸਾਹਿਬ ਦੀ ਮਿਹਰ ਨਾਲ ਆਉਣ ਵਾਲੇ ਸਮੇਂ ਚ, ਕਿ ਸਦਾ ਵਾਸਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ, ਪਿਆਰ, ਸਾਂਝ ਅਤੇ ਸ਼ਾਂਤੀ ਕਾਇਮ ਰਹਿ ਸਕੂਗੀ। ਇਹ ਸਾਡੀ ਅਪੀਲ ਆ ਦੋਵਾਂ ਦੇਸ਼ਾਂ ਦੇ ਲੀਡਰਸ਼ਿਪ ਨੂੰ, ਸਰਕਾਰਾਂ ਨੂੰ, ਕਿ ਆਪਾਂ ਦੂਰ ਅੰਦੇਸ਼ੀ ਨਾਲ, ਜਿੱਥੇ ਤੁਸੀਂ ਬਹੁਤ ਵੱਡਾ ਫੈਸਲਾ ਲਿਆ ਲਾਂਘੇ ਨੂੰ ਖੋਲਣ ਦਾ, ਐਵੇਂ ਜਿਵੇਂ ਆਪਣੇ ਸਾਰੇ ਮਸਲੇ ਆਪਾਂ ਬੈਠ ਕੇ ਹੱਲ ਕਰ ਸਕਦੇ ਹਾਂ, ਕੋਈ ਲੜਾਈ ਲੜਨ ਦੀ ਲੋੜ ਨਹੀਂ, ਕੋਈ ਕਿਸੇ ਦਾ ਨੁਕਸਾਨ ਨਾ ਕਰੀਏ, ਜੇ ਫੌਜੀ ਮਰਦੇ ਉਹ ਵੀ ਆਪਣੇ ਆ, ਕਸ਼ਮੀਰੀਆਂ ਦਾ ਨੁਕਸਾਨ ਹੁੰਦਾ ਉਹ ਵੀ ਆਪਣੇ ਹੀ ਆ, ਨਹੀਂ ਖੂਨ ਡੁੱਲਣਾ ਚਾਹੀਦਾ ਕਿਸੇ ਦਾ, ਤੇ ਆਪਾਂ ਇਹਨੂੰ ਬੰਦ ਕਰਕੇ ਤੇ ਆਪਾਂ ਨੂੰ ਸ਼ਾਂਤੀ ਵੱਲ, ਪਿਆਰ ਵੱਲ ਵਧਣਾ ਚਾਹੀਦਾ, ਜੋ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ, ਉਹਨਾਂ ਦੀ ਬਾਣੀ, ਉਹਨਾਂ ਦੀ ਸਿੱਖਿਆ ਆਪਾਂ ਨੂੰ ਦਰਸਾਉਂਦੀ ਆ। ਇਹ ਮੇਰੀ ਅੱਜ ਦੇ ਇਸ ਮੌਕੇ ਤੇ ਦੋਵਾਂ ਸਰਕਾਰਾਂ ਅੱਗੇ ਬੇਨਤੀ, ਅਪੀਲ ਹੈ ਜੀ। ਉਡਾਲਾ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ ਜੀ, ਥੈਂਕ ਯੂ।